ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਅਤੇ ਜਿੰਨਾ ਚਿਰ ਤੁਸੀਂ ਬ੍ਰਹਮ ਦੇ ਬੇਟੇ ਨਹੀਂ ਬਣਦੇ, ਆਦਮੀ ਦੇ ਪੁੱਤਰ ਨਹੀਂ ਬਣਦੇ, ਉਹਨਾਂ ਚਿਰ ਤੁਹਾਨੂੰ ਸ਼ਬਦ ਦੀ ਪਛਾਣ ਨਹੀਂ ਹੋਣੀ। ਭਾਵ ਕਿ ਜਦੋਂ ਤੁਸੀਂ ਜਨਮ ਲਿਆ ਸੀ, ਤੁਹਾਨੂੰ ਪਰਮਾਤਮਾ ਨੇ ਦਿੱਤਾ ਸੀ ਕਿਸੇ ਨੂੰ ਜੱਟ ਦੇ ਘਰ, ਕਿਸੇ ਨੂੰ ਚੂੜੇ ਦੇ, ਕਿਸੇ ਨੂੰ ਖੱਤਰੀ ਦੇ, ਕਿਸੇ ਨੂੰ ਲੁਹਾਰ ਦੇ, ਆਪ ਨਹੀਂ ਲਿਆ ਤੁਸੀਂ। ਜੇ ਤੁਸੀਂ ਆਪਣੇ ਪਿਓ ਦੇ ਨਹੀਂ ਬਣਦੇ, ਅਕਾਲ ਪੁਰਖ ਨਹੀਂ ਜਾਣਨਾ ਚਾਹੁੰਦਾ ਤੁਹਾਨੂੰ, ਇਹ ਉਹਦੀ ਪਹਿਲੀ ਰਜ਼ਾ ਹੈਗੀ। ਇਹਨੂੰ ਕਹਿੰਦੇ ਬ੍ਰਹਮ ਕੇ ਬੇਟੇ, ਬ੍ਰਹਮ ਕੇ ਬੇਟੇ ਬਣੋ ਅਤੇ ਸ਼ਬਦ ਦੀ ਪਛਾਣ ਹੋਏਗੀ, ਨਹੀਂ ਤਾਂ ਨਹੀਂ ਹੋ ਸਕਦੀ। ਇਹ ਜਿਹੜੇ ਹੈਗੇ ਨੇ ਸ਼ੈਤਾਨ, ਇਹ ਤੁਹਾਨੂੰ ਕਹਿੰਦੇ ਵੀ ਜਾਤ ਛੁਪਾਓ। ਅਤੇ ਖਾਲਸੇ ਦੀ ਜਿਹੜਾ ਹੁੰਦਾ, ਉਹਨਾਂ ਨੇ ਸਜਾਇਆ ਸੀਗਾ, ਪੰਜਾਂ ਦੇ ਸਿਰ ਲਾਏ ਸੀਗੇ ਕਿਰਪਾਨ ਨਾਲ, ਉਹ ਤੰਬੂ 'ਚ ਨਹੀਂ ਲੈ ਕੇ, ਤੰਬੂ 'ਚ ਚੋਰ ਲੈ ਕੇ ਜਾਂਦਾ। ਜਦੋਂ ਸਿਰ ਹੀ ਲੱਥ ਗਿਆ, ਫਿਰ ਦੁਨਿਆਵੀ ਜਿਹੜੀਆਂ ਕੌਮਾਂ ਇਹ ਨਹੀਂ ਹੁੰਦੀਆਂ ਨਾਲ, ਸਰਨੇਮ ਹਟ ਜਾਂਦਾ ਅਤੇ ਉੱਥੇ ਸਿੰਘ ਲੱਗ ਜਾਂਦਾ ਹੈਗਾ। ਸਿੰਘ ਜਿਹੜੇ ਹੁੰਦੇ ਉਹ ਘਰਾਂ 'ਚ ਨਹੀਂ ਬੈਠੇ ਹੁੰਦੇ, ਉਹ ਤਖਤਾਂ ਦੇ ਹੁੰਦੇ, ਪਰਉਪਕਾਰ ਕਰਦੇ ਨੇ। ਅਤੇ ਗਧੇ ਖਾਲਸੇ ਅੱਜ ਕੱਲ੍ਹ ਕਈ ਫਿਰਦੇ ਨੇ। ਅਤੇ ਬਾਕੀ ਸੰਤ ਵਗੈਰਾ ਜਿਹੜੇ ਨੇ, ਕੱਪੜੇ ਕੁੱਪੜੇ ਪਾ ਕੇ ਪੈਸੇ ਨੂੰ ਹੱਥ ਲਾਉਂਦੇ ਨੇ, ਉਹ ਕਸੰਤ ਹੈਗੇ ਨੇ। ਸੰਤ ਕੋਲ ਪੈਸਾ ਨਹੀਂ ਹੁੰਦਾ, ਉਹਨਾਂ ਕੋਲ ਧਨ ਹੁੰਦਾ ਅਕਾਲ ਪੁਰਖ ਦਾ। ਲੋ ਇਹ ਅੱਜ ਇੱਕ ਮੈਂ ਕਰਦਾ ਹੈਗਾ ਵਿਆਖਿਆ ਸਤਿਗੁਰੂ ਅਰਜਨ ਦੇਵ ਜੀ ਦੀ, ਧਨਾਸ਼ਰੀ ਮਹੱਲਾ ਪੰਜਵਾਂ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਤ੍ਰਿਪਤ ਮੈਂ ਨਾ ਮੈਂ ਰੱਜ ਗਿਆ, ਮੈਨੂੰ ਤਸੱਲੀ ਆ ਗਈ। ਕਿਹਦੇ ਨਾਲ? ਅਕਾਲ ਬਾਣੀ ਦਾ ਭੋਜਨ ਖਾਇਆ। ਮਨ ਨੇ ਬਾਣੀ ਦਾ ਭੋਜਨ ਖਾਣਾ ਹੈਗਾ। ਮਨ ਤਨ ਰਸਨਾ ਨਾਮ ਧਿਆਇਆ, ਮਨ ਵਿੱਚ ਅਤੇ ਹਿਰਦੇ ਵਿੱਚ, ਤਨ ਵਿੱਚ। ਤਨ ਨੇ ਰਸਨਾ ਬੋਲਣੀ ਹੈਗੀ, ਅਤੇ ਉਹਨੇ ਜੀਭ ਨਾਲ ਫਿਰ ਉਹਦਾ ਨਾਮ ਧਿਆਇਆ, ਯਾਨੀ ਕਿ ਜੀਭ ਨਾਲ ਪ੍ਰਚਾਰ ਕੀਤਾ ਨਾਮ ਦਾ। ਇਹ ਨਹੀਂ ਕਿ ਮੈਂ ਜੇ ਨਾਮ ਆ ਗਿਆ ਤਾਂ ਚੁੱਪ ਕਰਕੇ ਬਹਿ ਗਿਆ, ਇਹ ਡੇਂਜਰਸ ਹੈਗਾ। ਇਹ ਜੇ ਨਾਮ ਕਿਸੇ ਕੋਲ ਹੈਗਾ ਉਹਦਾ ਪ੍ਰਚਾਰ ਕਰੋ, ਨਹੀਂ ਤਾਂ ਇਹ ਨਾਮ ਮਾਰਦਾ ਹੈਗਾ। ਅਤੇ ਕ੍ਰਾਈਸਟ ਥੋਮਸ ਇੰਡੀਆ 'ਚ ਆਇਆ ਸੀਗਾ ਪਹਿਲੇ ਸਤਿਗੁਰੂ ਜੀ ਦਾ ਕੰਮ, ਅਤੇ ਉਹ ਕਹਿੰਦਾ ਵੀ ਇਹ ਜਿਹੜਾ ਨਾਮ ਹੈਗਾ, ਜਿਹੜਾ ਆਦਮੀ ਲੁਕੋ ਕੇ ਰੱਖਦਾ ਇਹਨੂੰ, ਉਹ ਖਤਰਨਾਕ ਹੈਗਾ। ਕਿਉਂ? ਜਦੋਂ ਆ ਰੌਲੇ ਪੈਂਦੇ ਨੇ ਨਾ, ਸੈਕਟੇਰੀਅਨ ਰੋਇਡਸ ਇੱਕ ਦੂਜੇ ਨੂੰ ਮਾਰਦੇ ਨੇ, ਜੇ ਤੁਸੀਂ ਨਾਮ ਲੁਕੋ ਕੇ ਰੱਖਿਆ ਉਹਦਾ ਫਾਇਦਾ ਕੀ? ਫਿਰ ਤੁਸੀਂ ਵੀ ਨਾ ਰਗੜੇ ਜਾਓਗੇ। ਜੀਵਨਾ, ਹਰ ਜੀਵਨਾ, ਜੇ ਜੀਣਾ ਹੈਗਾ ਇਸ ਦੁਨੀਆਂ 'ਚ ਤਾਂ ਹਰ ਦੇ ਨਾਮ ਨਾਲ ਜੀਵੋ, ਹੋਰ ਕਿਸੇ ਦੇ ਨਾਲ ਨਾ ਜੀਵੋ। ਜੀਵਨ ਹਰ ਜਾਪੇ ਸਾਧ ਸੰਗੇ, ਜੀਵਨੋ ਜਿਹੜਾ ਹਰ ਦਾ ਨਾਮ ਹੈਗਾ ਅਕਾਲ ਪੁਰਖ ਦਾ, ਹਰੀ ਨਹੀਂ ਹੈਗਾ, ਹਰੀ ਓਮ ਸ਼ਾਂਤੀ ਹਿੰਦੂਆਂ ਦਾ ਹੈਗਾ, ਇਹ ਹਰ ਏਕਮਕਾਰ ਦਾ ਹੈਗਾ। ਹਰ ਜਿਹੜਾ ਹਰ ਏਕਮਕਾਰ ਦਾ ਹੈਗਾ ਉਹ ਹਰ ਜਪੋ ਅਤੇ ਸਾਧ ਸੰਗੇ, ਸਾਧ ਸੰਗ ਜਿਹੜੇ ਹੁੰਦੇ ਨਾ ਸਾਧੂ, ਉਹਨਾਂ ਦੇ ਨਾਲ, ਉਹਨਾਂ ਤੋਂ ਮਿਲਦਾ ਇਹ ਨਾਮ। ਹੁਣ ਸਤਿਗੁਰੂ ਜਿਹੜੇ ਸੀ ਅਰਜਨ ਦੇਵ ਜੀ, ਇਹ ਚੌਥੀ ਬਿਰਤੀ, ਚੌਥੇ ਯਾਨੀ ਕਿ ਅਕਾਲ ਪੁਰਖ ਦੀ ਚਿੱਤ ਬਿਰਤੀ ਦੇ ਨਾਲ ਇੱਕ ਹੋਏ ਸੀ। ਅਤੇ ਇਹ ਫਿਰ ਕਹਿੰਦੇ ਵੀ ਉੱਥੇ ਜੇ ਜਿਹੜਾ ਹੈਗਾ ਆਪਣੇ ਨਾਮ ਦਾ ਭੋਜਨ ਖਾਣਾ ਅਤੇ ਸਾਧ ਸੰਗ ਦੀ ਕਰੋ ਸੰਗਤ।
ਇਹ ਨਹੀਂ ਆ ਜਿਹੜੇ ਪੈਸੇ ਲੈ ਕੇ ਮਿਲਦੇ, ਇੱਕ ਸਾਧ ਹੈਗੇ ਨੇ। ਅਨੇਕ ਪ੍ਰਕਾਰੀ ਬਸਤਰ ਉਡਾਏ, ਫਿਰ ਤੁਸੀਂ ਬੜੇ ਖੁਸ਼ ਹੋਵੋਗੇ, ਜਿਹੜੇ ਆਹ ਬਸਤਰ ਨਹੀਂ ਹੈਗੇ, ਤੁਸੀਂ ਰੂਹ ਦੇ ਬਸਤਰ, ਤੁਸੀਂ ਫਿਰ ਮੂੰਹ ਤੋਂ ਬੋਲੋਗੇ ਬਾਣੀ, ਜਿੱਦਾਂ ਕਈ ਪ੍ਰਕਾਰਾਂ ਦੀ ਬਾਣੀ ਬੋਲੋਗੇ, ਉਹ ਫਿਰ ਉਹ ਜਿਹੜੇ ਬਸਤਰ ਰੂਹ ਨੂੰ ਪਾਏ ਨੇ ਉਹ ਤੁਸੀਂ ਫਿਰ ਉਡਾਓਗੇ, ਯਾਨੀ ਪਹਿਨੋਗੇ। ਅੰਨ ਦਿਨ ਕੀਰਤਨ ਹਰ ਗੁਣ ਗਾਏ, ਰਾਤ ਦਿਨੇ ਕੀਰਤਨ ਉਹਦੀ ਸੋਭਾ ਅਕਾਲ ਪੁਰਖ ਦੀ ਹਰ ਗੁਣ ਗਾਏ, ਉਹਦੇ ਗੁਣਾਂ 'ਚ ਉਹਦੇ ਸਿਫਤਾਂ 'ਚ ਲਾ ਦਿੰਦੇ ਹਾਂ। ਹਸਤੀ ਰੱਥ ਅਸੂ ਸਵਾਰੀ, ਹਸਤੀ ਹਾਥੀ, ਰੱਥ ਰੱਥਾਂ 'ਚ ਬਹਿਣਾ, ਅਸੂ ਘੋੜਾ, ਅਸਵਾਰੀ ਉਹਨਾਂ ਦੀ ਤੁਸੀਂ ਅਸਵਾਰੀ ਕਰਦੇ, ਜਿੱਦਾਂ ਉਹ ਬਾਦਸ਼ਾਹ ਫਿਰਦੇ ਨੇ ਜਦੋਂ ਸਵਾਰੀ ਕਰਦੇ ਬੜੇ ਖੁਸ਼ ਹੁੰਦੇ, ਤੁਸੀਂ ਉਹਨਾਂ ਤੋਂ ਵੀ ਉੱਪਰ ਖੁਸ਼ ਹੁੰਦੇ ਆ, ਕਿਉਂ ਇਹ ਜਿਹੜੀ ਸਵਾਰੀ ਹੈਗੀ ਰੂਹਾਨੀ ਹੈਗੀ, ਦੁਨਿਆਵੀ ਨਹੀਂ ਹੈਗੀ। ਅਤੇ ਜਦੋਂ ਤੁਸੀਂ ਟੇਕ ਲੈਂਦੇ ਆ ਅਕਾਲ ਪੁਰਖ ਦੀ, ਤਦ ਤੁਸੀਂ ਇਹ ਸਾਰੇ ਮਜ਼ੇ ਲੁੱਟਦੇ ਹੈਗੇ ਆ। ਹਰ ਕਾ ਮਾਰਗ ਹਿਰਦੇ ਨਹਿਰਾਰੀ, ਜਿਹੜਾ ਹਰ ਦਾ ਮਾਰਗ ਹੈਗਾ ਉਹਦਾ ਜਿਹੜਾ ਪੰਥ ਹੈਗਾ ਉਹ ਮੈਂ ਆਪਣੇ ਦਿਲ ਵਿੱਚ ਵਸਾ ਲਿਆ ਹੈਗਾ, ਉਹਨੂੰ ਦਿਲ ਵਿੱਚ ਮੈਂ ਵਸਾ ਲਿਆ। ਤਨ ਮਨ ਅੰਤਰ ਚਰਨ ਦਿਆਇਆ, ਤਨ ਮਨ, ਤਨ ਮਨ ਦੇ ਅੰਦਰ ਮੈਂ ਅਕਾਲ ਪੁਰਖ ਦੇ ਚਰਨ ਧਿਆਏ ਨੇ, ਕਿਸੇ ਆਦਮੀ ਦੇ ਨਹੀਂ ਧਿਆਏ। ਆਹ ਜਿਹੜੇ ਬਾਬੇ ਬੂਬੇ ਬਣੇ ਫਿਰਦੇ ਨਾ, ਉਹਨਾਂ ਕਹਿ ਦਿੰਦੇ ਸਾਧੂ ਕਿ ਧੂੜ, ਅਤੇ ਉਹ ਜਿਹੜੀਆਂ ਤੀਵੀਆਂ ਹੈਗੀਆਂ ਅਤੇ ਲਾ ਜਾਂਦੀਆਂ ਉਹਦੇ ਚਰਨ ਧੋਣ ਲੱਗ ਪੈਂਦੀਆਂ, ਉਹ ਬੜੇ ਸੋਹਣੇ ਮਜ਼ੇ ਨਾਲ ਧਵਾਉਂਦੇ ਨੇ। ਅਤੇ ਹੈਗੇ ਕਸਾਦ ਕਸੰਤ, ਜਿਹੜਾ ਅਸਲੀ ਸੰਤ ਹੁੰਦਾ ਉਹ ਹੱਥ ਨਹੀਂ ਲਾਉਣ ਦਿੰਦਾ ਪੈਰ ਨੂੰ। ਹਰ ਸੁੱਖ ਨਿਦਾਨ ਨਾਨਕ ਦਾਸੇ ਪਾਇਆ, ਹਰ ਸੁੱਖ ਅਕਾਲ ਪੁਰਖ, ਹਰ ਉਹਦੇ ਜਿਹੜੇ ਸੁੱਖ ਹੈਗੇ ਨੇ, ਨਿਦਾਨ ਉਹਦਾ ਕੋਈ ਅੰਤ ਨਹੀਂ ਹੈਗਾ, ਖਜ਼ਾਨਾ ਨਾਨਕ ਦਾਸੇ ਪਾਇਆ, ਨਾਨਕ ਦੇ ਦਾਸ ਨੇ ਪਾਇਆ ਹੈਗਾ। ਅਤੇ ਇਸ ਕਰਕੇ ਜਿਹੜੇ ਆਪਾਂ ਹੈਗੇ ਆ, ਨਾਨਕ ਜਿਹੜਾ ਹੈਗਾ ਇਹ ਹੈਗਾ ਸਾਡਾ ਹਸਬੈਂਡ, ਜਿੱਦਾਂ ਜੀਜ਼ਸ ਹੈਗਾ, ਜੀਜ਼ਸ ਦੇ ਇੱਥੇ ਉਹ ਵੀ ਉਹ ਬ੍ਰਾਈਡ ਗਰੂਮ, ਉਹ ਕਹਿੰਦਾ ਆਈ ਐਮ ਦੀ ਬ੍ਰਾਈਡ ਗਰੂਮ, ਸੋ ਫਾਰ ਦੀ ਬ੍ਰਾਈਡ ਗਰੂਮ ਇਜ਼ ਦੀ ਇਜ਼ ਇਨ ਦੀ ਇਨ ਦੀ ਹਾਰਟ ਆਫ ਦੀ ਪੀਪਲ, ਦੇ ਡੂ ਨਾਟ ਨੀਡ ਟੂ ਸੈਡ ਸੇ ਏ ਪ੍ਰੇਅਰ। ਪ੍ਰੇਅਰ ਜਿਹੜੀ ਐਂਟੀ ਕ੍ਰਾਈਸਟ ਹੈਗੀ, ਇੱਦਾਂ ਹੀ ਅਰਦਾਸ ਜਿਹੜੀ ਹੈ ਕਰਾਉਂਦੇ ਗੁਰਦੁਆਰੇ ਐਂਟੀ ਕ੍ਰਾਈਸਟ ਹੈਗੀ, ਕਿਉਂ ਅਕਾਲ ਪੁਰਖ ਤੁਹਾਡਾ ਅੰਤਰਜਾਮੀ ਹੈਗਾ ਅਤੇ ਅਰਦਾਸ ਕਿਹਦੇ ਮੂਹਰੇ ਕਰਦੇ ਹਾਂ, ਇਹ ਜਿਹੜੇ ਹੈਗੇ ਨਾ ਮਨਮੁੱਖ, ਇਹਨਾਂ ਨੂੰ ਅਕਾਲ ਪੁਰਖ ਦੂਰ ਲੱਗਦਾ, ਜਿਹੜੇ ਗੁਰਮੁਖ ਹੈਗੇ ਉਹਨਾਂ ਦੇ ਅੰਦਰ ਵੱਸਦਾ ਹੈਗਾ, ਉਹਨਾਂ ਦੇ ਇੰਨੀ ਦੂਰ ਹੈ ਜਿੰਨਾ ਤੁਹਾਡਾ ਦਿਲ ਦੂਰ ਹੈਗਾ। ਅਤੇ ਇਸ ਕਰਕੇ ਜਿਹੜੇ ਅੰਨੇ ਹੈਗੇ ਨਾ ਮਨ ਦੇ ਮਨਮੁੱਖ, ਉਹ ਜਿਹੜੇ ਮਨ ਦੇ ਅੰਨਿਆਂ ਨੂੰ ਜਿਹੜੇ ਜਦ ਬੈਠੇ ਹੁੰਦੇ ਆ ਗੁਰਦੁਆਰੇ, ਅਤੇ ਉਹ ਕਹਿੰਦੇ ਦੇ ਸਿੱਖ ਕੌਮ, ਸਿੱਖ ਪੰਥ ਹੈਗਾ, ਕੌਮ ਨਹੀਂ ਹੈਗੀ, ਮੇਰੀ ਕੌਮ ਜੱਟ ਹੈਗੀ, ਅਤੇ ਜੇ ਮੈਂ ਆਪਣੀ ਸਿੱਖ ਕੌਮ ਕਹਾਂ ਅਤੇ ਆਪਣੀ ਕੌਮ ਬਦਲੇ, ਕੌਮ ਬਦਲੀ ਨਹੀਂ ਜਾਂਦੀ, ਅਤੇ ਮੈਂ ਖੁਦ ਹਰਾਮੀ ਬਣਦਾ। ਅਤੇ ਇਸ ਕਰਕੇ ਉੱਥੇ ਤੁਹਾਨੂੰ ਬੈਠਿਆਂ ਨੂੰ ਸਿੱਖ ਕੌਮ ਦਾ ਜਦੋਂ ਪ੍ਰਚਾਰ ਕਰਦੇ ਆ ਬੜੇ ਖੁਸ਼ ਹੁੰਦੇ ਆ, ਸਾਡੀ ਹੁਣ ਸਿੱਖ ਕੌਮ ਹੋ ਗਈ ਤਾਂ ਹੁਣ ਸਿੱਖਾਂ ਦਾ ਰਾਜ ਹੋਊਗਾ, ਸਿੱਖ ਦਾ ਹੁੰਦਾ ਸੇਵਾਦਾਰ,
ਤੇ ਉਹਨੇ ਰਾਜ ਕਿੱਥੋਂ ਕਰਨਾ? ਤੇ ਕੋਈ ਸੁਰਤੀ ਵਾਲਾ ਕੋਈ ਕੋਈ ਮਿਲਦਾ ਹੁੰਦਾ, ਇਸ ਲਈ ਲਿਖਿਆ ਕੋਟਨ ਮੇਂ ਏਕ ਸਿੱਖ ਹੁੰਦਾ ਹੈਗਾ। ਇਹ ਆਮ ਨਹੀਂ, ਜਿਹੜੇ ਪਗੜੀ ਬੰਨ ਲਈ ਤੇ ਦਾੜੀ ਰੱਖ ਲਈ ਇਹਦੇ ਨਾਲ ਨਹੀਂ ਸਿੱਖ ਬਣਦਾ। ਅੱਗੇ ਤੁਹਾਡੀ ਮਰਜ਼ੀ, ਜਿੰਨਾ ਦੇ ਕਰੋਗੇ ਭਾਗ ਉਦਾਂ ਦੀ ਤੁਹਾਨੂੰ ਫਿਰ ਮਿਲੇਗੀ।